ਆਪਣੇ ਬੱਚਿਆਂ ਵਾਸਤੇ ਇਹਦਾ ਨਾਮ ਵੀ ਵਿੱਚ ਲੈ ਲਿਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਹਾਂ, ਤੁਸੀਂ ਮੈਨੂੰ ਅਜੇ ਫੋਨ ਕਰਿਓ ਜੇ ਮੇਰੀ ਰਿੰਗ ਵੱਜ ਗਈ, ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ। ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਨੌਜਵਾਨ ਸੰਦੀਪ ਉਰਫ ਸ਼ੇਰਾ ਦਾ ਅੱਜ ਨਾਲੇ ਦੇ ਪਿੰਡ ਨਾਨਕੋ ਦੇ ਖੇਤਾਂ ਵਿੱਚ ਭੇਤ ਭਰੇ ਹਾਲਾਤਾਂ 'ਚ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਮਾਪਿਆਂ ਦੇ ਸਪੁਰਦ ਕਰ ਦਿੱਤੀ ਗਈ ਸੀ। ਉੱਧਰ ਇਸ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਹੈਪੀ ਪੰਛੀਆਂ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ ਹੈ। ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸੰਦੀਪ ਉਰਫ ਸ਼ੇਰਾ ਦੀ ਲਾਸ਼ ਬੀਤੀ ਰਾਤ ਥਾਣਾ ਜਨਾਲਾ ਅਧੀਨ ਪੈਂਦੇ ਪਿੰਡ ਨਾਨਕੋ ਦੇਖ ਰੱਖ ਮਿਲੀ ਸੀ, ਜਿਸ ਤੋਂ ਬਾਅਦ ਮਾਮਲੇ ਬਾਰੇ ਮ੍ਰਿਤਕ ਦੀ ਪਤਨੀ ਗੱਲਬਾਤ ਕੀਤੀ ਗਈ ਅਤੇ ਉਹਨੇ ਦੱਸਿਆ ਕਿ ਕੁਝ ਮੁਲਾਜ਼ਮ ਸਿਵਲ ਵਰਦੀ ਦੇ ਵਿੱਚ 26 ਫਰਵਰੀ ਨੂੰ ਮ੍ਰਿਤਕ ਸੰਦੀਪ ਉਰਫ ਸ਼ੇਰਾ ਨੂੰ ਉਹਨਾਂ ਦੇ ਘਰੋਂ ਲੈ ਗਏ ਤੇ ਕਿਹਾ ਗਿਆ ਸੀ ਕਿ ਕਿਸੇ ਕੇਸ ਵਿੱਚ ਪੁੱਛ ਪੜਤਾਲ ਕਰਨੀ ਹੈ। ਉਸ ਤੋਂ ਬਾਅਦ ਸੰਦੀਪ ਫੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ, ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਅਜਨਾਲਾ ਪੁਲਿਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਉਂਦੀ ਹੈ, ਜਿੱਥੇ ਕਿ ਮ੍ਰਿਤਕ ਸੰਦੀਪ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਮ੍ਰਿਤਕ ਦੇ ਪਿੰਡ ਡੇਰਾ ਬਾਬਾ ਨਾਨਕ ਪਹੁੰਚਦੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਗੱਲਬਾਤ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਜੋਗਿੰਦਰਪਾਲ ਦੀ ਲਾਈਵ ਭਾਰਤ ਤੋਂ ਰਿਪੋਰਟ। ਸੰਦੀਪ ਸਿੰਘ ਮੇਰੇ ਹਸਬੈਂਡ ਹੀ, ਉਹਨਾਂ ਨੂੰ ਨਾ ਜਿਹੜੇ ਇੰਸਪੈਕਟਰ ਸੀ ਅਮਨਦੀਪ ਸਿੰਘ ਸਿਵਲ ਵਰਦੀ 'ਚ ਆਉਂਦੇ ਸੀ, ਮੈਨੂੰ ਨਹੀਂ ਪਤਾ ਹੁਣ ਉਹ CI ਸਟਾਫ ਸੀ ਕਿ ਦੂਸਰੇ ਹੀ, ਪਰ ਆਉਂਦੇ ਸਾਡੇ ਘਰ ਸਿਵਲ ਵਰਦੀ 'ਚ ਹੀ। ਇਹਨਾਂ ਦੇ ਕੋਈ ਮੇਰੇ ਹਸਬੈਂਡ ਦਾ ਕੋਈ ਦੋਸਤ ਸੀ, ਉਹਨਾਂ ਦਾ ਕੋਈ ਚੱਕਰ ਪਿਆ ਸੀ, ਜਾਲੀ ਕਰੰਸੀ ਦਾ ਕੋਈ ਪਿਆ ਸੀ, ਤਾਂ ਉੱਥੋਂ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਸੀ। ਉਹਦੇ 'ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬੱਚਿਆਂ ਵਾਸਤੇ ਇਹਦਾ ਨਾਂ ਵੀ ਵਿੱਚ ਲੈ ਲਿਆ, ਤੇ ਇਹਨੂੰ ਜੇ ਲੈ ਕੇ ਗਏ ਤੁਸੀਂ FIR ਕਰ ਦਿੰਦੇ। ਇਹਨਾਂ ਨੇ FIR ਨਹੀਂ ਕੀਤੀ, ਇਹਨਾਂ ਨੇ 1 ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ, ਘਰੋਂ ਲੈ ਕੇ ਗਏ। 4 ਮੁਲਾਜ਼ਮ ਆਏ ਸੀ, ਉਹਨਾਂ 'ਚ ਇੱਕ ਪੁਸ਼ਪ੍ਰੀਤ ਭਾਜੀ ਸੀ, ਇੱਕ ਪਤਾ ਨੀ ਦੋਵਾਂ ਦਾ ਮੈਨੂੰ ਨਾਂ ਨੀ ਪਤਾ, ਇੱਕ ਸਰਦਾਰ ਸੀ ਤੇ ਦੋ ਇੱਕ ਹੋਰ ਸੀ ਉਹਨਾਂ ਦੇ ਨਾਲ। ਇਹ 4 ਜਣੇ ਆਏ ਸੀ, 4 ਜਣੇ ਆ ਕੇ ਇਹਨਾਂ ਨੂੰ 4:30-4:45 ਦੇ ਕਰੀਬ ਜਿਹੜੀ ਆ 26 ਫਰਵਰੀ ਨੂੰ ਘਰੋਂ ਲੈ ਗਏ ਸੀ, ਤੇ 27 ਫਰਵਰੀ ਨੂੰ ਮੇਰੀ ਐਨਵਰਸਰੀ ਸੀ, ਤੇ ਮੈਂ ਗਿਆ ਸੀ ਕਿ ਭਾਜੀ ਇਹਨਾਂ ਨੂੰ ਅੱਗਾਂ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਪੁੱਛ ਪੜਤਾਲ ਕਰਕੇ ਛੱਡ ਦਾਂਗੇ। ਪਰ ਇਹਨਾਂ ਨੇ ਕੀ ਕੀਤਾ ਕਿ 26-27 ਤਰੀਕ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ, ਕਹਿੰਦੇ ਨਹੀਂ ਹਜੇ ਸਾਡਾ ਕੰਮ ਨੀ ਹੋਇਆ, ਹਜੇ ਨੀ ਆ ਸਕਦਾ। ਉਦੋਂ 2-3 ਦਿਨ ਬਾਅਦ ਇਹਨੂੰ ਛੱਡ ਕੇ ਗਏ ਆ, ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ, ਉਸ ਤੋਂ ਬਾਅਦ ਫੇਰ ਪਤਾ ਨੀ ਕੀ ਹੋਇਆ ਵਾ, ਕਿਹੜੀ ਪੁਲਿਸ ਵਾਲੇ ਸੀ, ਦੋ ਕੋਈ ਮੁਲਾਜ਼ਮ ਸੀ, ਉਹ ਡੇਰਿਓਂ ਆਏ ਸੀ ਤੇ ਉਹ ਇਹਨਾਂ ਨੂੰ ਲੈ ਗਏ ਸੀ। ਫੇਰ ਉੱਥੋਂ ਜਦੋਂ ਇਹ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਪੁੱਛ ਪੜਤਾਲ ਕਰਨੀ, ਪੁੱਛ ਪੜਤਾਲ ਕਰਕੇ ਉੱਥੇ ਇਹਨੂੰ ਛੱਡ ਗਏ। ਫੇਰ ਜਿਹੜੇ ਅੰਮ੍ਰਿਤਸਰ ਵਾਲੇ ਸੀ ਉਹ ਕਹਿੰਦੇ ਆਪਾਂ ਤੈਨੂੰ ਬਚਾਉਂਦੇ ਆਪਾਂ ਤੈਨੂੰ ਲੈ ਜਾਂਦੇ ਆ, ਫੇਰ ਉਹ ਆਪਣਾ ਇਹਨੂੰ ਲੈ ਗਏ ਆ। ਫੇਰ ਜਦੋਂ ਇਹਨੂੰ ਲੈ ਕੇ ਗਏ ਆ, ਫੇਰ ਇਹਨੂੰ ਕਿੰਨੇ ਦਿਨ ਇਹਨਾਂ ਨੇ ਰੱਖਿਆ ਵਾ, ਫੇਰ ਇਹਨੂੰ ਘਰ ਛੱਡ ਜਾਂਦੇ, ਫੇਰ ਲੈ ਜਾਂਦੇ ਸੀ। ਪਤਾ ਨੀ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੋਰਚਰ ਕਰ ਕਰਕੇ, ਕਿਹੜੇ ਗੈਂਗਸਟਰ ਪਾਰਟੀ ਸੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਸੀ, ਜਾਣ ਬੁੱਝ ਕੇ ਉਹਨੂੰ ਟੋਰਚਰ ਕਰਕੇ ਉਹ ਗੱਲ ਕਰਵਾਉਂਦੇ ਸੀ। ਮੈਨੂੰ ਨੀ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ, ਪਰ ਉਹਨਾਂ ਨਾਲ ਟੋਰਚਰ ਕਰਕੇ ਇਹਨੂੰ ਗਲਤ ਮਲਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ, ਤੇਰੀ UIP ਧਾਰਾ ਲਾ ਦਾਂਗੇ, ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ। ਰਾਤੀ ਮੇਰੇ ਨਾਲ ਗੱਲ ਹੋਈ, 4 ਦਿਨ ਪਹਿਲਾਂ ਸਾਡੇ ਘਰੋਂ 3 ਮੁਲਾਜ਼ਮ ਆਏ ਆ, ਰੋਟੀ ਖਾ ਕੇ ਗਏ, ਇਹਨੂੰ 10:30 ਵਜੇ ਘਰੋਂ ਲੈ ਕੇ ਗਏ ਆ, ਤੇ ਸਾਨੂੰ ਕਹਿੰਦੇ ਆਪਾਂ ਸਹੀ ਸਲਾਮਤ 4-5 ਦਿਨਾਂ 'ਚ ਇਹਨੂੰ ਘਰ ਛੱਡ ਜਾਂਗੇ। ਰਾਤੀ ਮੈਨੂੰ 9:30 ਵਜੇ ਫੋਨ ਇਹਨਾਂ ਨੇ ਕੀਤਾ ਵਾ, ਪਹਿਲਾਂ ਸ਼ਹੀਦ ਚੰਦ ਬਾਬਾ ਜੀ ਨੇ ਮੱਥਾ ਟੇਕ ਕੇ ਆਏ, ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਾਂ ਵਾ, ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ, ਤੇ ਮੈਨੂੰ ਫੋਨ ਫੇਰ ਦੁਬਾਰਾ 9:30 ਵਜੇ ਫੋਨ ਕਰਕੇ ਕਹਿੰਦੇ ਆ
ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਆ, ਤੁਸੀਂ ਮੈਨੂੰ ਅਜੇ ਫੋਨ ਕਰਿਓ, ਜੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ, ਸਾਰੇ ਪੁਲਿਸ ਵਾਲਿਆਂ ਨੇ ਪਿੱਛੇ ਹੋ ਜਾਣਾ ਵਾ ਤੇ ਮੈਂ ਰਹਿ ਜਾਣਾ ਵਾ। ਇਹਨਾਂ ਨੇ ਉਹੀ ਕੰਮ ਕੀਤਾ, ਉਹਨੂੰ ਉੱਥੇ ਹੀ ਛੱਡ ਕੇ, ਪਤਾ ਨੀ ਕੀ ਉਹਨੂੰ ਤੇ ਨੈਟ ਬੋਟੀ ਵੱਲੋਂ ਵੀ ਸਵੇਰੇ ਪਤਾ ਲੱਗਾ। ਉਹਨੂੰ ਸਾਰੇ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ, ਖੁਸ਼ਪ੍ਰੀਤ ਭਾਜੀ ਜ਼ਰੂਰ ਹੈਗੇ, ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੀ ਉਹੀ ਨਾਲ ਜਾਂਦੇ ਹੀ ਜਾਂਦੇ। ਕੀ ਲੱਗਦਾ ਕੀ ਕੀਤਾ? ਮੈਨੂੰ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ, ਇਹਨਾਂ ਨੂੰ ਫੜਨਾ ਚਾਹੀਦਾ। ਇਹ ਸੀਪੀ ਮੁੜਗਿਆ ਜੇ ਮੈਡਮ ਹੀ ਪਹਿਲਾਂ ਉਹ ਇਸ ਕੇਸ ਚ ਇਨਵੋਲਵ ਦੀ, ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ, ਉਹ ਇਹਨੂੰ ਲੈ ਕੇ ਆਈ ਸੀ, ਆਪਾਂ ਤੇਰੇ ਨਾਲ ਇਨਸਾਫ ਕਰਾਂਗੇ, ਤੇਰੀ ਵਾਈਫ ਨੂੰ ਜੋਬ ਦਵਾਵਾਂਗੇ, ਉਹਨੇ ਗ੍ਰੈਜੂਏਸ਼ਨ ਕੀਤੀ ਆ, ਇੱਦਾਂ ਇੱਦਾਂ ਗੱਲਾਂ ਚ ਵਿਚਾਰੇ ਇਹਨਾਂ ਦੀਆਂ ਗੱਲਾਂ ਚ ਗਏ, ਇਹਨਾਂ ਨੇ ਉਹਨੂੰ ਮਾਰੇ ਛੱਡਿਆ, ਇਹਨਾਂ ਨੇ ਹੁਣ ਆਏ ਵੀ ਨੀ ਵੇਖ ਲੋ, ਕੋਈ ਨੀ ਹੈਗਾ ਇੱਥੇ। ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸਦੇ ਜੀ? ਕਿਹੜੇ ਗੈਂਗਸਟਰ ਨਾਲ ਜੋੜ ਰਿਹਾ? ਮੈਨੂੰ ਕਹਿੰਦੇ ਤੈਨੂੰ ਨੀ ਦੱਸਣਾ, ਤੇਰੇ ਤੇ ਗੱਲ ਨੀ ਆਣੀ ਚਾਹੀਦੀ, ਬਸ ਮੈਨੂੰ ਇੰਨਾ ਪਤਾ ਵਾ। ਮੇਰੇ ਕੋਲ ਉਹਨਾਂ ਦੀ ਇੱਕ ਵੀਡੀਓ ਪਈ ਆ, ਹੋਰ ਚ ਉਹਨਾਂ ਨੇ ਦੱਸਿਆ ਵਾ ਕਿ ਮੇਰੇ ਕੋਲ ਟੋਰਚਰ ਕਰਕੇ ਕੰਮ ਕਰਵਾਉਂਦੇ, ਉਦਣ ਉਹ ਘਰ ਆਏ ਸੀ। ਮੈਨੂੰ ਨੀ ਪਤਾ, ਕੋਈ ਬੰਦਾ ਹੋਏ, ਰਫਲਾ ਰੁਫਲਾ ਦੀ ਗੱਲਾਂ ਚੱਲਦੀਆਂ ਸੀ, ਮੈਨੂੰ ਉਹ ਤੋਂ ਇਲਾਵਾ ਕੁਛ ਨੀ ਪਤਾ, ਕਿਉਂਕਿ ਉਹ ਚਾਹੁੰਦੇ ਸੀ ਕਿ ਸਾਡੇ ਤੇ ਕੋਈ ਗੱਲ ਨਾ ਆਵੇ, ਇਸ ਕਰਕੇ ਉਹ ਜਿੱਦਣ ਘਰ ਆਏ ਸੀ, ਪਤਾ ਨੀ ਉਦਣ ਉਹਨਾਂ ਨੇ ਰੈਡ ਕਲਰ ਦੀ ਟੀ ਸ਼ਰਟ ਪਾਈ, ਰੈਡ ਕਲਰ ਦੀ ਟੀ ਸ਼ਰਟ ਚ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ ਚ ਬਹਿ ਕੇ ਇਕੱਲੇ, ਕਿਉਂਕਿ ਉਦਣ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ। ਉਹ ਵੀਡੀਓ ਮੇਰੇ ਕੋਲ ਪਈ ਆ, ਉਹ ਵੇਖੋ ਵੀਡੀਓ ਪਈ ਆ। ਮੈਨੂੰ ਨੀ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ, ਉਹਨਾਂ ਨੇ ਕਰਤੀ ਹੋਏਗੀ, ਮੈਨੂੰ ਨੀ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਉਹੀ ਗਏ ਸੀ ਨਾ, ਕੰਮ ਤੇ ਉਹ ਕਰਵਾਉਣ ਦੇ ਕੀ ਮੰਗ ਕਰਦੇ? ਜਾਂਚ ਹੋਣੀ ਚਾਹੀਦੀ, ਜਾਂਚ ਜ਼ਰੂਰ ਹੋਣੀ ਚਾਹੀਦੀ, ਇਨਸਾਫ ਮਿਲਣਾ ਚਾਹੀਦਾ ਵਾ, ਜਿਨ੍ਹਾਂ ਨੇ ਇਹ ਕੀਤਾ ਵਾ ਉਹਨਾਂ ਨੂੰ ਵੀ ਏਦਾਂ ਹੀ ਮਿਲਣਾ ਚਾਹੀਦਾ ਵਾ। ਸਰ ਗੱਲ ਕੋਈ ਵੀ ਨੀ ਹੋਈ, ਉਹ ਉੱਥੋਂ ਆਪਣੇ ਉੱਥੇ ਸਹੁਰਿਆਂ ਘਰ ਤੋਂ ਗਿਆ ਆ, ਤੇ ਸਵੇਰੇ ਸਾਨੂੰ ਫੋਨ ਆਉਂਦਾ ਆ ਕਿ ਤੁਹਾਡੇ ਭਰਾ ਨੂੰ ਕਿਸੇ ਨੇ ਮਾਰਤਾ ਆ, ਹੁਣ ਸਾਨੂੰ ਕੀ ਪਤਾ ਕਿਹਨੇ ਮਾਰਿਆ। ਹੁਣ ਆਪਾਂ ਇਹੀ ਪ੍ਰਸ਼ਾਸਨ ਇਹੀ ਮੰਗ ਕਰਦੇ ਆ, ਤੁਹਾਨੂੰ ਇਨਸਾਫ ਚਾਹੀਦਾ ਵੱਧ ਤੋਂ ਵੱਧ, ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਾਂ ਜਿਨ੍ਹਾਂ ਨੇ ਉਹਨੂੰ ਸੱਦਿਆ। ਇਹ ਗੱਲ ਕੱਲ ਦੀ ਗੱਲ ਹੈ ਜੀ? ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੀ। ਕਿਹੜੀ ਜਗ੍ਹਾ ਦੀ ਗੱਲ? ਇਹ ਗੱਲ ਹੈਗੀ ਜੀ ਅਜਨਾਲੇ ਵਾਲੀ ਸਾਈਡ ਦੀ, ਦੱਸਦੇ ਅਜਨਾਲੇ ਜਾਂ ਰਮਦਾਸ ਵਾਲੀ ਸਾਈਡ ਦੀ। ਤੇ ਕੀ ਪਤਾ ਕੀ ਪੁਲਿਸ ਕੀ ਕਹਿੰਦੀ ਤੁਹਾਨੂੰ? ਪੁਲਿਸ ਨੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਸੰਸਕਾਰ ਹਜੇ ਵੀ ਜੇ ਕਰਨਾ, ਮੰਮਾ ਹੈ ਨਹੀਂ ਤੇ ਮੰਮਾ ਆਣ ਕੇ ਸੰਸਕਾਰ ਕਰਨਾ,